ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ PLV ਦੇ ਲਾਇਰ ਗੁਰਪਿਆਰ ਸਿੰਘ ਸੰਗਰੂਰ ਤੋਂ ਅਤੇ ਇੱਕ ਪੰਜਾਬੀਆਂ ਦੀ ਬੜੀ ਸੋਹਣੀ ਕਹਾਵਤ ਹੈ, ਪਿੰਡ ਉੱਜੜਦਾ ਪਿਆ ਅਤੇ ਬੌਲੀ ਨੂੰ ਗਿੱਧੇ ਦੀ ਪਈ ਹੈ। ਜੋ ਇਹ ਕਹਾਵਤ ਆ ਪੂਰੀ ਲਾਗੂ ਹੋ ਰਹੀ ਹੈ ਉਹਨਾਂ ਲੋਕਾਂ 'ਤੇ ਜੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਦੇਸ਼ ਦੇ ਵਿੱਚ ਚੱਲ ਕੀ ਰਿਹਾ, ਸਾਰੇ ਸੰਸਾਰ ਦੇ ਵਿੱਚ ਹੋ ਕੀ ਰਿਹਾ। ਇਹ ਕਹਾਵਤ ਉਹਨਾਂ ਲੋਕਾਂ 'ਤੇ ਢੁੱਕਦੀ ਹੈ ਪੂਰੀ ਦੀ ਪੂਰੀ। ਅਤੇ ਅੰਕੜੇ ਜਿਹੜੇ ਹੈਗੇ ਨੇ, ਦੁਨੀਆ ਦਾ ਸਭ ਤੋਂ ਇੱਕ ਨੰਬਰ 'ਤੇ ਜਿਹੜਾ ਦੇਸ਼ ਹੈ ਅਮੈਰੀਕਾ, ਸਭ ਤੋਂ ਬੁਰੀ ਹਾਲਤ ਉਸਦੀ ਇਸ ਮਹਾਂਮਾਰੀ ਨਾਲ ਹੋਈ ਪਈ ਹੈ, ਜਿਸ ਦਾ ਕੇਸ 1.5 ਲੱਖ ਤੋਂ ਉੱਪਰ ਦੇ ਅੰਕੜਿਆਂ 'ਚ ਆ ਚੁੱਕਿਆ ਅਤੇ ਡੈਥ ਰੇਟ ਵੀ ਉੱਥੇ ਦਿਨੋਂ ਦਿਨ ਇਨਕਰੀਜ਼ ਹੁੰਦਾ ਜਾ ਰਿਹਾ ਹੈ। ਸਪੇਨ, ਜਰਮਨੀ, ਇਟਲੀ, ਬਹੁਤ ਬੁਰਾ ਹਾਲ ਆ ਉੱਥੇ ਉਹਨਾਂ ਲੋਕਾਂ ਦਾ। ਅਤੇ ਇੰਡੀਆ ਦੇ ਵਿੱਚ ਜਿਹੜੀ ਹੁੰਦੀ ਜਿਹੜੀ ਸਥਿਤੀ ਹੈ ਉਹ 1251 ਕੇਸ ਨੇ ਅਤੇ 32 ਡੈਥ ਹੋ ਚੁੱਕੀਆਂ ਨੇ ਅਤੇ ਹਲੇ ਵੀ ਜਿਹੜੇ ਕੇਸ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਨੇ। ਬਟ ਜਿਹੜੇ ਆਮ ਤੌਰ 'ਤੇ ਮੈਂ ਦੇਖਦਾ, ਸਾਰੇ ਦੇਖਦੇ ਨੇ, ਕੋਈ ਟਿਕਟੋਕ 'ਤੇ ਵੀਡੀਓ ਪਾ ਰਿਹਾ, ਕਰੋਨਾ ਆ ਗਿਆ ਜੀ, ਫਲਾਣਾ ਆ ਗਿਆ, ਅਸੀਂ ਨਹੀਂ ਤਾਂ ਡਰਦੇ ਹੈਗੇ, ਸਾਡਾ ਕੀ ਕਰ ਲਊਗਾ। ਅਤੇ ਇੱਕ ਪੰਜਾਬ ਪੁਲਿਸ ਦੀ ਵੀਡੀਓ ਪਾਈ ਹੋਈ ਸੀ, ਉਹ ਬੰਦਾ ਬਾਹਰ ਬੈਠਾ, ਪੰਜਾਬ ਪੁਲਿਸ ਉਹਨੂੰ ਪੁੱਛਦੀ ਹੈ ਵੀ ਤੂੰ ਘਰੇ ਕਿਉਂ ਨਹੀਂ ਆਉਂਦਾ ਹੈਗਾ, ਕਹਿੰਦਾ ਮੇਰਾ ਘਰੇ ਜੀ ਨਹੀਂ ਲੱਗਦਾ। ਜੀ ਤਾਂ ਫਿਰ ਤੇਰੇ ਪੰਜਾਬ ਪੁਲਿਸ ਵਾਲੇ ਲਵਾ ਦਾਂਗੇ ਚੰਗੀ ਤਰ੍ਹਾਂ, ਫਿਰ ਤੁਸੀਂ ਕਹਿੰਦੇ ਸਾਨੂੰ ਪੁਲਿਸ ਕੁੱਟਦੀ ਹੈ, ਪੁਲਿਸ ਕੁੱਟੂਗੀ ਉਹ ਹੋਰ ਕੀ ਕਰੂਗੀ, ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਦਾ ਵੀ ਘਰ ਪਰਿਵਾਰ ਆ, ਉਹ ਤੁਹਾਡੇ ਵਾਸਤੇ ਹੀ ਕਰਦੇ ਪਏ ਨੇ ਸਾਰਾ ਕੁਛ ਇਹ, ਵੀ ਤੁਸੀਂ ਅੰਦਰ ਬੈਠੋ। ਇੱਕ ਬੰਦੇ ਨੂੰ ਜੇ ਲੱਗ ਗਈ ਇਹ ਤਾਂ ਦੂਏ ਅੱਗੇ ਦੀ ਅੱਗੇ ਇਹ ਫੈਲਦੀ ਜਾਂਦੀ ਹੈ, ਲਾਗ ਦੀ ਬਿਮਾਰੀ ਹੈ। ਹੁਣ ਜਿਹੜੀ ਕਹਾਵਤ ਦੀ ਮੈਂ ਗੱਲ ਕੀਤੀ ਸੀ ਵੀ ਪਿੰਡ ਉੱਜੜਦਾ ਪਿਆ ਬੌਲੀ ਨੂੰ ਗਿੱਧੇ ਦੀ ਪਈ ਹੈ, ਗੱਲ ਫਿਰ ਉੱਥੇ ਆਪਾਂ ਘੁਮਾਉਂਦੇ ਹਾਂ ਵੀ ਤੁਹਾਨੂੰ ਕੀ ਹੋਇਆ ਪਿਆ ਵੀ ਸਾਨੂੰ ਘਰੇ ਜਿੰਦਾ ਲਵਾ ਤਾ, ਅਸੀਂ ਆਪਦੇ ਕੰਮ ਕਾਰ ਕਰਨੇ ਨੇ, ਅਸੀਂ ਬਾਹਰ ਜਾਣਾ, ਅਸੀਂ ਦੋਸਤਾਂ ਮਿੱਤਰਾਂ 'ਚ ਬੈਠਣਾ ਹੈ, ਅਸੀਂ ਕਿਸੇ ਦੇ ਰਿਸ਼ਤੇਦਾਰੀ ਦੇ ਵਿੱਚ ਜਾਣਾ। ਉਹ ਯਾਰ ਮੂਰਖ ਨਾ ਬਣੋ, ਠੀਕ ਹੈ, ਮਾੜਾ ਮੋਟਾ ਜਿਹਾ ਦਿਮਾਗ ਤੁਹਾਡਾ ਬੰਦ ਹੋਇਆ, ਦਿਮਾਗ ਨੂੰ ਖੋਲ੍ਹ ਪਓ। ਇਕੱਠੇ ਹੋ ਕੇ ਤੁਸੀਂ ਬਹਿ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਹੈਗਾ ਵੀ ਕੀ ਚੀਜ਼ ਹੈ ਇਹ, ਫਿਰ ਜੇ ਕੋਈ ਤੁਹਾਡੇ ਅਗੇਂਸਟ ਬੋਲਦਾ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੇ ਅਗੇਂਸਟ ਕਿਉਂ ਬੋਲਿਆ, ਸਾਨੂੰ ਕੁੱਟਿਆ ਕਿਉਂ। ਤੁਹਾਡੇ ਭਲੇ ਲਈ ਸਾਰਾ ਕੁਛ ਹੋ ਰਿਹਾ। ਪੂਰੇ ਭਾਰਤ ਦੇ ਵਿੱਚ ਜਿਹੜੀ ਹਾਲੇ ਸਥਿਤੀ ਹੈਗੀ ਹੈ ਠੀਕ ਹੈ ਹਾਲੇ, ਪਰ ਮੱਦੇਨਜ਼ਰ ਦੇਖਦੇ ਹੋਏ ਜੋ ਦਿਨੋਂ ਦਿਨ ਕੇਸ ਵੱਧ ਰਹੇ ਨੇ, ਜੋ ਆਪਣੀ ਇਹ ਗਲਤੀਆਂ ਆਪਾਂ ਚੇਨ ਤੋੜਨ ਦੇ ਲਈ, ਇਸ ਮਹਾਂਮਾਰੀ ਦੀ ਜਿਹੜੀ ਚੇਨ ਹੈ ਉਹਨੂੰ ਤੋੜਨ ਦੇ ਲਈ ਅੱਗੇ ਨਹੀਂ ਹੋ ਰਹੇ, ਬਲਕਿ ਉਹਦਾ ਵਾਇਲੇਟ ਕਰ ਰਹੇ ਹਾਂ, ਇਕੱਠੇ ਹੋ ਕੇ ਖੜ੍ਹਦੇ ਹਾਂ, ਘਰਾਂ ਤੋਂ ਨਿਕਲਦੇ ਹਾਂ, ਵਿਦਾਊਟ ਐਨੀ ਐਮਰਜੈਂਸੀ ਘਰਾਂ ਦੇ ਵਿੱਚੋਂ ਨਿਕਲ ਜਾਂਦੇ ਹਾਂ, ਤਾਂ ਉਹ ਬਿਲਕੁਲ ਗਲਤ ਹੈ। ਅਤੇ ਆਸ ਕਰਦਾ ਜਿਹੜੀ ਇਹ ਕਹਾਵਤ ਹੈ, ਪਿੰਡ ਉੱਜੜਦਾ ਪਿਆ ਬੌਲੀ ਨੂੰ ਗਿੱਧੇ ਦੀ ਪਈ ਹੈ, ਤਾਂ ਇਹਨੂੰ ਰੋਕ ਲਓ, ਠੀਕ ਹੈ, ਇਹ ਕਹਾਵਤਾਂ ਸਹੀ ਨਾ ਹੋਣ ਦਿਓ। ਜੇ ਸਹੀ ਕਹਾਵਤਾਂ ਹੋ ਗਈਆਂ ਜਾਂ ਤੁਸੀਂ ਨਾ ਹਟੇ, ਤਾਂ ਉਹ ਦਿਨ ਦੂਰ ਨਹੀਂ ਜੋ ਹਾਲ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਦਾ ਹੋਇਆ ਹੋਇਆ ਤਾਂ ਭਾਰਤ ਦਾ ਵੀ ਹੋਊਗਾ। ਆਪਣੇ ਦੇਸ਼ ਦੇ ਵਿੱਚ ਤਾਂ ਮੈਡੀਕਲ ਦੀ ਇੰਨੀ ਸ਼ੋਰਟੇਜ ਆ, ਉਹਨਾਂ ਦੇ ਕੰਟਰੀਆਂ ਨਾਲ ਕੰਪੇਅਰ ਕਰੀਏ ਤਾਂ ਉਹਨਾਂ ਦੀ ਆਪਾਂ ਰੀਸ ਨਹੀਂ ਕਰ ਸਕਦੇ, ਪਤਾ ਨਹੀਂ ਕਿੰਨੇ ਕੁ ਸਾਲ ਆਪਾਂ ਪਿੱਛੇ ਉਹਨਾਂ ਮੁਲਕਾਂ ਦੇ ਉੱਤੋਂ। ਜਦੋਂ ਉਹਨਾਂ ਮੁਲਕਾਂ ਦਾ ਕੁਛ ਨਹੀਂ ਬਚਿਆ ਤਾਂ ਫਿਰ ਆਪਣਾ ਕੀ ਬਣੂਗਾ, ਆਪਣੀ ਤਾਂ ਪਾਪੂਲੇਸ਼ਨ ਵੀ ਇੰਨੀ ਹੈ ਵੀ ਇੱਥੇ ਸਾਂਭ ਨਹੀਂ ਹੋਣਾ ਹੈਗਾ। ਜੇ ਕੋਈ ਮਰਦਾ ਨਾ ਤਾਂ ਉਹਦੀ ਲਾਸ਼ ਨੂੰ ਉਹਦੇ ਘਰਦਿਆਂ ਨੂੰ ਸੌਂਪਿਆ ਨਹੀਂ ਜਾਂਦਾ ਹੈਗਾ, ਮੈਡੀਕਲ ਜਿਹੜੀ ਟੀਮ ਹੁੰਦੀ ਆ ਉਹਨੂੰ ਲਵੇਟ ਕੇ ਨਾ ਬਸ ਸਿੱਧਾ ਦਫਨਾਉਂਦੀ ਹੋਵੇ। ਅਤੇ ਇੱਥੇ ਆਪਾਂ ਕਿਸੇ ਦਾ ਘਰ ਨਾ ਜਾੜੋ, ਤੁਹਾਡਾ ਵੀ ਪਰਿਵਾਰ ਹੈ, ਤੁਹਾਡੇ ਵੀ ਬਾਲ ਬੱਚੇ ਨੇ, ਤੁਹਾਡੇ ਵੀ ਮਾਂ ਹੈ, ਤੁਹਾਡੇ ਵੀ ਭੈਣ ਹੈ, ਤੁਹਾਡੇ ਵੀ ਬਾਪ ਹੈ। ਕਿਰਪਾ ਕਰਕੇ ਮੈਂ ਇਹ ਆਸ ਕਰਦਾ ਜੇ ਆਪਦੀ ਜਾਨ ਦੀ ਪਰਵਾਹ ਨਹੀਂ ਹੈਗੀ ਤਾਂ ਉਹਨਾਂ ਨੂੰ ਵੀ ਸੋਚ ਲਵੋ, ਨਾ ਮਜ਼ਾਕ ਉਡਾਓ ਕਿਸੇ ਇਸ ਗੱਲ ਦਾ। ਆਸ ਕਰਦਾ ਇਹ ਮੈਸੇਜ ਤੁਹਾਨੂੰ ਸਮਝ ਆਊਗਾ, ਨਾ ਨਿਕਲੋ ਬਾਹਰ, ਦਿਮਾਗ ਨੂੰ ਚਲਾਓ ਆਪਦੇ ਨੂੰ, ਆਪਦੀ ਜਾਨ ਬਚਾਓਗੇ ਤਾਂ ਦੂਜੇ ਦੀ ਵੀ ਜਾਨ ਬਚਾਓਗੇ। ਆਪਦੀਆਂ ਡਿਊਟੀ ਵੀ ਹੁੰਦੀਆਂ ਨੇ ਨਾ, ਸੰਵਿਧਾਨ ਦੇ ਵਿੱਚ ਗੱਲ ਲਿਖੀ ਹੈ ਵੀ ਸਾਡੀ ਡਿਊਟੀ ਹੁੰਦੀ ਹੈ ਇੱਕ, ਉਸ ਡਿਊਟੀ ਨੂੰ ਹੀ ਨਿਭਾ ਲਓ। ਜਿਹੜੇ ਬਾਹਰ ਜਾਂਦੇ ਨੇ ਤੁਸੀਂ ਆਪ ਉਹਨਾਂ ਨੂੰ ਕਹਿ ਦਿਓ ਭਾਈ ਵੀ ਕੋਈ ਐਮਰਜੈਂਸੀ ਹੈ ਤਾਂ ਈ ਪਾਸ ਅਪਲਾਈ ਕਰੋ, ਤੁਸੀਂ ਜਾਓ। ਜੇ ਐਵੇਂ ਫਰੀ ਆ ਨਾ, ਮੇਰਾ ਜੀ ਨਹੀਂ ਲੱਗਦਾ, ਤਾਸ਼ ਕੁੱਟੀ ਜਾਣਾ ਸਿੱਥਾਂ 'ਤੇ ਬਹਿ ਕੇ,
ਫਿਰ ਉਹ ਕੋਈ ਮੈਨੂੰ ਲੱਗਦਾ ਨਹੀਂ ਵੀ ਕੋਈ ਐਵੇਂ ਬੇਫਜ਼ੂਲ ਗੱਲਾਂ ਸਭ। ਟਿਕਟੋਕ ਨੇ ਮਰਵਾਈ ਪਈ ਹੈ ਦੁਨੀਆ, ਇੰਨਾ ਮਜ਼ਾਕ ਇਸ ਚੀਜ਼ ਦਾ ਹੱਦ ਹੋਈ ਪਈ ਹੈ ਯਾਰ, ਸ਼ਰਮ ਕਰੋ ਮਾੜੀ ਮੋਟੀ। ਸਾਥ ਦਿਓ ਦੇਸ਼ ਦਾ, ਜੋ ਗਾਈਡਲਾਈਨ ਜਾਰੀ ਹੋਈਆਂ ਹੋਈਆਂ ਨੇ ਉਹਨਾਂ ਨੂੰ ਫੋਲੋ ਕਰੋ, ਠੀਕ ਹੈ। ਘਰ ਬੈਠੋ, ਜਿਨ੍ਹਾਂ ਤੱਕ ਜਿਹੜੇ ਇੰਸਟਰਕਸ਼ਨਸ ਆਈਆਂ ਹੋਈਆਂ ਨੇ ਉਹਨੂੰ ਫੋਲੋ ਕਰੋ, ਤਾਂ ਕਿ ਇਹ ਬਿਮਾਰੀ ਆਪਾਂ ਰੋਕ ਸਕੀਏ। ਇਸ ਲਈ ਟੋਟਲੀ ਗੱਲ ਇੱਥੇ ਮੁੱਕਦੀ ਹੈ ਵੀ ਤੁਸੀਂ ਲੋਕ ਉਦੋਂ ਸਮਝੋਗੇ ਜਦੋਂ ਦੇਸ਼ ਦੇ ਵਿੱਚ ਕੁਛ ਨਾ ਰਿਹਾ ਜਾਂ ਲੱਖਾਂ ਹੀ ਕਰੋੜਾਂ ਜਾਨਾਂ ਖਤਮ ਹੋ ਗਈਆਂ। ਇੱਕ ਇੱਕ ਬੰਦੇ ਦੇ ਘਰੇ ਬੈਠਣ ਨਾਲ ਜਾਂ ਪਰਿਵਾਰ ਦਾ ਸਾਰੇ ਮੈਂਬਰ ਘਰੇ ਬੈਠਣ ਨਾਲ ਉਹਦਾ ਹੁੰਦਾ ਕੀ ਹੈ? ਚਲੋ ਮੈਂ ਮੰਨ ਲਿਆ ਗਰੀਬ ਤਬਕਾ ਆਪਣੇ ਹੈਗਾ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਨਹੀਂ ਜੁੜਦੀ ਉਹ ਆਪਦੇ ਘਰਾਂ ਨੂੰ ਜਾ ਰਹੇ ਨੇ, ਪਰ ਕਈ ਵੀਡੀਓ ਮੈਂ ਇੱਦਾਂ ਵੀ ਦੇਖਾਂ ਜਿਨ੍ਹਾਂ ਦੇ ਘਰੇ ਇੰਨਾ ਭੰਡਾਰ ਲੱਗਿਆ ਪਿਆ ਪਰਮਾਤਮਾ ਦੀ ਕਿਰਪਾ ਨਾਲ, ਉਹ ਪੁਲਿਸ ਨੂੰ ਫੋਨ ਕਰਦੇ ਨੇ ਵੀ ਸਾਡੇ ਘਰੇ ਕੁਛ ਖਾਣ ਨੂੰ ਨਹੀਂ ਹੈਗਾ। ਓਏ ਮੂਰਖ ਲੋਕੋ, ਇੰਨਾ ਕੁਛ ਪਿਆ ਪਹਿਲਾਂ ਉਹਨੂੰ ਤਾਂ ਖਾ ਲਓ। ਹੱਦ ਹੋਈ ਪਈ ਹੈ ਯਾਰ, ਕਿਉਂ ਭੁੱਖ ਨੰਗੀ ਦਿਖਾਉਣੇ ਤੁਸੀਂ? ਦੂਜੇ ਬੰਦੇ ਦੀ ਹੈਲਪ ਤਾਂ ਕੀ ਕਰਨੀ ਹੈ, ਆਪਦਾ ਢਿੱਡ ਭਰਨ ਤੱਕ ਸਾਨੂੰ ਹੋਈ ਪਈ ਹੈ। ਮੰਨ ਲਓ ਤੁਸੀਂ ਭੰਡਾਰ ਦੇ ਭੰਡਾਰ ਭਰ ਲਏ, ਮੰਨ ਲਓ ਤੁਸੀਂ ਤੁਹਾਡੇ ਲਵੇ ਪਹਿਲਾਂ ਹੀ ਭੰਡਾਰ ਪਿਆ, ਤੁਸੀਂ ਹੋਰ ਭਰ ਲਏ ਖਾਣ ਦੇ, ਜੇ ਕੋਈ ਇੱਦਾਂ ਦਾ ਰੱਬ ਨਾ ਕਰੇ ਕੋਈ ਇੱਦਾਂ ਦੀ ਚੀਜ਼ ਹੋ ਜਾਵੇ, ਨਾਲ ਲੈ ਕੇ ਜਾਊਂਗੇ ਆਲੂ? ਓਏ ਸਮਝੋ ਯਾਰ, ਇੱਕ ਚੰਗਾ ਭਾਈਚਾਰਾ ਸਿਰਜੋ, ਗੌਰਮੈਂਟ ਦੀਆਂ ਗਾਈਡਲਾਈਨ ਦੇ ਉੱਤੇ ਫੋਲੋ ਕਰੋ, ਘਰੇ ਬੈਠੋ, ਆਪਣੇ ਆਪ ਨੂੰ ਬਚਾਓ ਅਤੇ ਦੇਸ਼ ਨੂੰ ਵੀ ਬਚਾਓ। ਕਿਧਰੇ ਨਹੀਂ ਆਪਾਂ ਜੇ 2 ਮਹੀਨੇ ਜਾਂ 3 ਮਹੀਨੇ ਜਾਂ 21 ਦਿਨ ਦਾ ਲੋਕਡਾਊਨ ਹੋ ਗਿਆ ਆਪਾਂ ਘਰੇ ਬਹਿਜਾਂਗੇ, ਕਿਧਰੇ ਨਹੀਂ ਮਰਨ ਲੱਗੇ ਹੈਗੇ, ਸਭ ਕੁਛ ਉੱਦਾਂ ਹੀ ਹੋ ਜੂਗਾ। ਬਟ ਜੇ ਜਾਨ ਚਲੀ ਗਈ ਫਿਰ ਤੁਸੀਂ ਕੀ ਕਰੋਗੇ? ਫਿਰ ਹੱਥ ਕੁਛ ਵੀ ਨਹੀਂ ਲੱਗਣਾ ਪੱਲੇ, ਅਤੇ ਆਸ ਕਰਦਾ ਸਮਝੇ ਹੋਵੋਗੇ ਗੱਲ। ਬਾਕੀ ਜਿਨ੍ਹਾਂ ਭਾਈਆਂ ਨੂੰ ਭੈਣਾਂ ਨੂੰ ਕੋਈ ਐਮਰਜੈਂਸੀ ਹੈ, ਉਹ ਸਰਕਾਰ ਵੱਲੋਂ ਈ ਪਾਸ ਦੀ ਜਿਹੜੀ ਸੁਵਿਧਾ ਹੈ ਉਹ ਔਨਲਾਈਨ ਚਲਾਈ ਗਈ ਹੈ। ਜੇ ਕਿਸੇ ਨੂੰ ਪੁੱਛਣੀ ਹੋਵੇ ਤਾਂ ਮੇਰੇ ਜਿਹੜੇ ਪੇਜ 'ਤੇ ਆਪਣਾ ਉਹਦੇ ਲਿੰਕ ਸੈਂਡ ਕਰ ਦਿਓ ਜਾਂ ਮੈਸੇਜ ਸੈਂਡ ਕਰ ਦਿਓ, ਤਾਂ ਆਈ ਵਿਲ ਪ੍ਰੋਵਾਈਡ ਯੂ ਲਿੰਕ। ਆਸ ਕਰਦਾ ਸਮਝੋਗੇ ਕੋਈ ਗੱਲ ਮੇਰੀ ਨੂੰ। ਬਾਕੀ ਸਤਿ ਸ਼੍ਰੀ ਅਕਾਲ।